ਸਿਆਸੀ ਅਦਲਾ ਬਦਲੀ ਦੇ ਸੀਜ਼ਨ ਦੇ ਵਿੱਚ ਸੁਖਬੀਰ ਬਾਦਲ ਵੀ ਬਿਆਨ ਦਿੰਦੇ ਨਜ਼ਰ ਆ ਰਹੇ ਨੇ। ਪੰਜਾਬ ਬਚਾਓ ਯਾਤਰਾ ਚੱਲ ਰਹੀ ਹੈ, ਉਸ ਦੇ ਵਿੱਚ ਸੁਖਬੀਰ ਬਾਦਲ ਨੇ ਰੱਖ ਰੱਖ ਕੇ ਕੋਕੇ ਜਿਹੜੇ ਨੇ ਆਪਣੀ ਪਾਰਟੀ ਦੇ ਨਵੇਂ ਮੁਹਾਂਦਰੇ ਨੂੰ ਲੋਕਾਂ ਸਾਹਮਣੇ ਰੱਖਣ ਦੀ ਕੋਸ਼ਿਸ਼ ਸੁਖਬੀਰ ਬਾਦਲ ਕਰਦੇ ਨਜ਼ਰ ਆ ਰਹੇ ਨੇ। ਪਾਰਟੀ ਨੂੰ ਇਕਸਾਰ ਕਰਨ ਦੀ ਕੋਸ਼ਿਸ਼ ਤਾਂ ਹੁਣ ਤੱਕ ਕਰਤੀ, ਪਰ ਲੋਕਾਂ ਦੇ ਵਿੱਚ ਵਿਚਰਦੇ ਇਹ ਕਹਿ ਦਿੱਤਾ ਕਿ 103 ਸਾਲ ਦਾ ਇਤਿਹਾਸ ਹੈ ਸਾਡਾ ਔਰ ਅਸੀਂ ਕਦੀ ਵੀ ਗੇਮ ਨੰਬਰ ਦੇ ਆਧਾਰ ਦੇ ਉੱਤੇ ਨਹੀਂ ਖੇਡੀ, ਨੰਬਰ ਗੇਮ ਨਹੀਂ ਖੇਡੀ ਗਈ ਸਾਡੇ ਵੱਲੋਂ ਕਦੀ। ਸਾਫ਼ ਤੌਰ 'ਤੇ ਕਹਿੰਦੇ ਨੇ ਕਿ ਅਸੀਂ ਕਦੀ ਵੋਟਾਂ ਲੈਣ ਵਾਸਤੇ ਸਿਆਸਤ ਨਹੀਂ ਕੀਤੀ, ਅਸੀਂ ਤਾਂ ਪੰਥ ਵਾਸਤੇ ਸਿਆਸਤ ਕਰ ਰਹੇ ਹਾਂ, ਸਾਡੀ ਸਿਆਸਤ ਪੰਥਕ ਸਿਆਸਤ ਹੈ, ਅਸੀਂ ਵੋਟਾਂ ਦੇ ਵਿੱਚ ਨਹੀਂ ਆਉਂਦੇ। ਫੇਰ ਜੇ ਇਹੀ ਗੱਲ ਆ ਤਾਂ ਹੁਣ ਤੱਕ ਗੱਠਜੋੜ ਕਿਉਂ ਕੀਤੇ ਜਾਂਦੇ ਰਹੇ, ਕਿਸ ਆਧਾਰ ਦੇ ਉੱਤੇ ਗੱਠਜੋੜ ਕੀਤੇ ਜਾਂਦੇ ਰਹੇ, ਉਹ ਵੀ ਉਸ ਪਾਰਟੀ ਦੇ ਨਾਲ ਜਿਹਦੀ ਵਿਚਾਰਧਾਰਾ ਅਕਾਲੀ ਦਲ ਦੇ ਨਾਲ ਇੱਕ ਮਾਤਰ ਵੀ ਨਹੀਂ ਰਲਦੀ। ਜਿਹੜੀ ਪਾਰਟੀ ਅਕਾਲੀ ਦਲ ਪੰਥਕ ਵਿਚਾਰਧਾਰਾ ਦੇ ਐਨ ਵਿਪਰੀਤ ਹੈ, ਉਹਦੇ ਐਨ ਅਗੇਂਸਟ ਆ, ਉਸ ਵਿਚਾਰਧਾਰਾ ਦੇ ਨਾਲ ਰਲ ਕੇ ਕਿਉਂ ਚੋਣ ਲੜੀ ਗਈ, ਕਿਉਂ ਪੰਥ ਨੂੰ ਵੀ ਪਰਦੇ ਵਿੱਚ ਰੱਖਿਆ ਗਿਆ, ਵੱਡੇ ਸਵਾਲ ਖੜ੍ਹੇ ਹੁੰਦੇ ਨੇ। ਸੁਖਬੀਰ ਬਾਦਲ ਜ਼ਰੂਰ ਹੁਣ, ਕਿਉਂਕਿ ਹੁਣ ਉਹਨਾਂ ਨੇ ਆਪਣੇ ਸਾਰੇ ਸੀਨੀਅਰ ਲੀਡਰ ਇਕੱਠਿਆਂ ਕਰ ਲਏ ਨੇ, ਭਾਵੇਂ ਢੀਂਡਸਾ ਪਰਿਵਾਰ ਹੋਵੇ, ਭਾਵੇਂ ਮਨਜੀਤ ਜੀਕੇ ਹੋਣ, ਭਾਵੇਂ ਬੀਬੀ ਜਗੀਰ ਕੌਰ ਹੋਵੇ, ਉਹਨਾਂ ਨੂੰ ਇਕੱਠਿਆਂ ਕਰ ਲਿਆ। ਔਰ ਦੂਜੇ ਪਾਸੇ ਹੁਸ਼ਿਆਰਪੁਰ ਦੇ DHO ਲਖਵੀਰ ਸਿੰਘ ਨੂੰ ਵੀ ਅਕਾਲੀ ਦਲ ਦੇ ਝੰਡੇ ਹੇਠ ਲੈ ਆਉਂਦਾ। ਹੁਣ ਇੱਥੇ ਸਵਾਲ ਖੜ੍ਹੇ ਹੁੰਦੇ ਨੇ ਕਿ ਹੁਣ ਇਕੱਠਿਆਂ ਕਰਨ ਦਾ ਕੀ ਮਤਲਬ ਹੋਇਆ, ਹੁਣ ਕਿਉਂ ਲੋੜ ਪੈ ਗਈ ਇਕੱਠਿਆਂ ਕਰਨ ਦੀ, ਪਹਿਲਾਂ ਜੋ ਹਾਲਾਤ ਬਣੇ ਰਹੇ, ਪਹਿਲਾਂ ਜਿਹੜੇ ਗੱਠਜੋੜ ਬਣੇ ਰਹੇ, ਉਹਨਾਂ ਦਾ ਜਵਾਬ ਕਿਸ ਤਰ੍ਹਾਂ ਦਿੱਤਾ ਜਾਵੇਗਾ ਕਿ ਉਹਨਾਂ ਨੂੰ ਹੁਣ ਲੁਕੋ ਦਿੱਤਾ ਜਾਵੇ, ਉਹਨਾਂ ਨੂੰ ਹੁਣ ਬਾਹਰ ਨਾ ਕੱਢਿਆ ਜਾਵੇ, ਹੁਣ ਬਸ ਆਹੀ ਬਾਹਰ ਕੱਢਿਆ ਜਾਵੇ ਕਿ 103 ਸਾਲ ਦੇ ਆਪਣੇ ਸਿਆਸੀ ਕਰੀਅਰ ਦੇ ਵਿੱਚ ਕਦੇ ਵੀ ਪੰਥਕ ਤੌਰ ਦੇ ਉੱਤੇ ਲੋਕਾਂ ਦਾ ਹੱਕ ਮਾਰਨ ਦੀ ਕੋਸ਼ਿਸ਼ ਨਹੀਂ ਕੀਤੀ। ਅਤੇ ਫਿਰ CM ਭਗਵੰਤ ਮਾਨ ਨੇ ਜਿਹੜੇ ਹੋਟਲ ਦੇ ਸੱਤ ਤਾਰਾ ਹੋਟਲ ਦੇ ਦਾਅਵੇ ਕੀਤੇ ਸੀ, ਸੱਤ ਤਾਰਾ ਹੋਟਲ ਦੇ ਸਬੂਤ ਪੇਸ਼ ਕੀਤੇ ਸੀ, ਉਹਨਾਂ ਨੂੰ ਕੀ ਮੰਨਿਆ ਜਾਵੇ ਕਿ ਆਪਣੀ ਸਿਆਸਤ ਦੇ ਵਿੱਚ ਆਪਣੇ ਰਾਜ ਦੇ ਵਿੱਚ ਉਸ ਹੋਟਲ ਨੂੰ ਕਾਇਮ ਨਹੀਂ ਕੀਤਾ ਗਿਆ, ਜੰਗਲਾਤ ਵਿਭਾਗ ਦੀ ਜ਼ਮੀਨ ਦੇ ਉੱਤੇ ਆਪਣਾ ਨਿੱਜੀ ਹੱਕ ਮਨਾਉਣ ਦੀ ਕੋਸ਼ਿਸ਼ ਨਹੀਂ ਕੀਤੀ ਗਈ। ਬੜੇ ਸਵਾਲ ਖੜ੍ਹੇ ਹੋ ਰਹੇ ਨੇ। ਫਿਲਹਾਲ ਜੋ ਬਿਆਨ ਸਾਂਝੇ ਕੀਤੇ ਗਏ ਸੁਖਬੀਰ ਬਾਦਲ ਦੇ ਵੱਲੋਂ, ਉਹਨਾਂ ਦਾ ਸਾਫ਼ ਕਹਿਣਾ ਆ ਕਿ ਪੰਥਕ ਵਿਚਾਰਧਾਰਾ ਸਾਡੀ ਹੈਗੀ ਹੈ, ਜੇ ਪੰਥਕ ਵਿਚਾਰਧਾਰਾ ਹੈਗੀ ਹੈ ਤਾਂ ਪੰਥਕ ਵਿਚਾਰਧਾਰਾ ਤੋਂ ਵਿਪਰੀਤ ਵਿਚਾਰਧਾਰਾ ਵਾਲੀ ਪਾਰਟੀ ਦੇ ਨਾਲ ਗੱਠਜੋੜ ਹੁਣ ਤੱਕ ਕਿਉਂ ਕੀਤਾ ਜਾਂਦਾ ਰਿਹਾ, ਕਿਉਂ ਪੰਜਾਬ ਦੇ ਵਿੱਚ ਜਦੋਂ ਅਕਾਲੀਆਂ ਦੀ ਸਰਕਾਰ ਹੁੰਦੀ ਸੀ ਤਾਂ ਅਕਾਲੀ ਭਾਜਪਾ ਗੱਠਜੋੜ ਦੀ ਸਰਕਾਰ ਹੁੰਦੀ ਸੀ, ਕਿਉਂ ਇਕੱਲੀ ਅਕਾਲੀ ਦਲ ਦੀ ਸਰਕਾਰ ਨਹੀਂ ਹੋ ਸਕੀ, ਯਾਨੀ ਕਿ ਵੋਟ ਨਾਲ ਮਤਲਬ ਸੀ, ਯਾਨੀ ਕਿ ਵੋਟਾਂ ਨਾਲ ਮਤਲਬ ਸੀ, ਯਾਨੀ ਕਿ ਨੰਬਰ ਗੇਮ ਦੇ ਨਾਲ ਮਤਲਬ ਸੀ, ਇਸ ਵਾਸਤੇ ਹੀ ਇਹ ਗੱਠਜੋੜ ਕੀਤਾ ਗਿਆ, ਇਸ ਵਾਸਤੇ ਹੀ ਅਕਾਲੀ ਦਲ ਨੇ ਭਾਜਪਾ ਦੇ ਨਾਲ ਗੱਠਜੋੜ ਕੀਤਾ, ਤਾਂ ਕਿ ਰਲ ਕੇ ਮਿਲ ਕੇ ਇੱਕ ਪਾਸੇ ਆਪਣੇ ਹੱਕ ਵੀ ਜਿਹੜੇ ਨੇ ਉਹ ਵੀ ਬਟੋਰ ਲਏ ਜਾਣ ਔਰ ਦੂਜੇ ਪਾਸੇ ਵੋਟਾਂ ਵੀ ਗ੍ਰੈਬ ਕਰ ਲਈਆਂ ਜਾਣ, ਇੱਕ ਸਾਰ ਰਲ ਕੇ ਮੈਦਾਨ 'ਚ ਨਿਤਰਿਆ ਜਾਵੇ ਤਾਂ ਕਿ ਜਿੱਤ ਹਾਸਲ ਕੀਤੀ ਜਾਵੇ। ਖੈਰ 2015 ਦੇ ਵਿੱਚੋਂ ਸਭ ਕੁਝ ਟੁੱਟਿਆ, 2015 ਤੋਂ ਬਾਅਦ ਅਕਾਲੀ ਦਲ ਉਸ ਜਾਹੋ ਜਲਾਲ ਦੇ ਵਿੱਚ ਨਹੀਂ ਆ ਸਕਿਆ ਔਰ ਹੌਲੀ ਹੌਲੀ ਕਰਕੇ ਅਕਾਲੀ ਦਲ ਦੇ ਆਪਣੇ ਲੀਡਰ ਵੀ ਅਕਾਲੀ ਦਲ ਤੋਂ ਟੁੱਟਦੇ ਗਏ, ਹੌਲੀ ਹੌਲੀ ਕਰਕੇ ਕਈ ਆਪ ਨਿਕਲ ਗਏ, ਕਈਆਂ ਨੂੰ ਕੱਢ ਦਿੱਤਾ ਔਰ ਹੁਣ ਉਹਨਾਂ ਸਾਰਿਆਂ ਨੂੰ ਇਕੱਠਿਆਂ ਕਰਨ ਦੀ ਕੋਸ਼ਿਸ਼ ਸੁਖਬੀਰ ਬਾਦਲ ਕਰਦੇ ਨਜ਼ਰ ਆਏ ਨੇ। ਔਰ ਦੂਜੀ ਗੱਲ ਕਰੀਏ ਵਿਚਾਰਧਾਰਾ ਦੀ, ਪੰਥਕ ਵਿਚਾਰਧਾਰਾ ਦੀ, ਪੰਥਕ ਹਿੱਤਾਂ ਦੇ ਵਿਚਾਰਧਾਰਾ ਦੀ, ਮੰਨਿਆ ਜਾ ਸਕਦਾ ਕਿ ਸਾਰੇ ਲੀਡਰ ਜਿਹੜੇ ਅਕਾਲੀ ਦਲ ਦੇ ਵਿੱਚ ਨੇ ਉਹ ਪੰਥਕ ਵਿਚਾਰਧਾਰਾ ਤੋਂ ਜਾਣੂ ਨੇ, ਉਹ ਪੰਥਕ ਰੁਝਾਨ ਤੋਂ ਜਾਣੂ ਨੇ, ਉਹ ਅਕਾਲੀ ਦਲ ਦੀ ਵਿਚਾਰਧਾਰਾ ਤੋਂ ਜਾਣੂ ਨੇ, ਪਰ ਡਾਕਟਰ ਲਖਵੀਰ ਸਿੰਘ DHO ਉਹ ਤਾਂ ਹਾਲ ਹੀ ਦੇ ਵਿੱਚ ਅਜੇ ਆਪਣਾ DHO ਦਾ ਕੰਮ ਕਰ ਰਹੇ ਸੀ, ਹਾਲ ਹੀ ਦੇ ਵਿੱਚ ਸਿਆਸਤ ਵਿੱਚ ਆਏ ਨੇ, ਹਾਂ ਇਹ ਕਿਹਾ ਜਾ ਸਕਦਾ ਮਸ਼ਹੂਰ ਸੀ, ਹਾਂ ਇਹ ਕਿਹਾ ਜਾ ਸਕਦਾ ਕਿ ਸੋਸ਼ਲ ਮੀਡੀਆ 'ਤੇ DHO ਲਖਵੀਰ ਸਿੰਘ ਦਾ ਬੋਲਬਾਲਾ ਸੀ, ਤਾਂ ਕਰਕੇ DHO ਲਖਵੀਰ ਸਿੰਘ ਨੂੰ ਲਿਆਂਦਾ ਗਿਆ। ਇੱਥੇ ਇਹ ਸਵਾਲ ਖੜ੍ਹਾ ਹੁੰਦਾ ਕਿ DHO ਲਖਵੀਰ ਸਿੰਘ ਦੀ ਵਿਚਾਰਧਾਰਾ ਅਕਾਲੀ ਹੈ ਕਿ ਨਹੀਂ, ਉਹ ਅਕਾਲੀ ਵਿਚਾਰਧਾਰਾ ਦੇ ਨਾਲ ਜਾਣੂ ਹੈ ਜਾਂ ਨਹੀਂ। ਹਾਲਾਂਕਿ ਉਹਨਾਂ ਦਾ ਵੀ ਪਹਿਲਾਂ ਇਹੀ ਪ੍ਰੋਗਰਾਮ ਸੀ ਕਿ ਆਮ ਆਦਮੀ ਪਾਰਟੀ ਦੇ ਵਿੱਚ ਜਾਇਆ ਜਾ ਸਕਦਾ ਔਰ ਆਮ ਆਦਮੀ ਪਾਰਟੀ ਦੀ ਵਿਚਾਰਧਾਰਾ ਵਿੱਚ ਜਾਣ ਤੋਂ ਬਾਅਦ ਉਹ ਐਨ ਮੌਕੇ ਦੇ ਉੱਤੇ ਅਕਾਲੀ ਦਲ ਦੀ ਵਿਚਾਰਧਾਰਾ ਦੇ ਵਿੱਚ ਆ ਗਏ, ਤਾਂ ਕੀ ਹੁਣ ਕਿਹਾ ਜਾਵੇ ਕਿ ਅਕਾਲੀ ਲੀਡਰ
ਅਕਾਲੀ ਵਿਚਾਰਧਾਰਾ ਦੇ ਕਾਇਲ ਨੇ, ਸੁਖਦੇਵ ਸਿੰਘ ਢੀਂਡਸਾ ਜਿਹੜੇ ਅਕਾਲੀ ਦਲ ਦੇ ਨਾਲ ਜੁੜੇ ਹੋਏ ਨੇ, ਟਕਸਾਲੀ ਅਕਾਲੀ ਜਾਣੇ ਜਾਂਦੇ ਨੇ, ਉਹ ਅਕਾਲੀ ਦਲ ਤੋਂ ਅਲੈਦਾ ਹੁੰਦੇ ਨੇ, ਆਪਣਾ ਅਕਾਲੀ ਦਲ ਢੀਂਡਸਾ ਬਣਾਉਂਦੇ ਨੇ, ਸੰਯੁਕਤ ਬਣਾਉਂਦੇ ਨੇ, ਔਰ ਉਸੇ ਅਕਾਲੀ ਦਲ ਸੰਯੁਕਤ ਨੇ ਭਾਜਪਾ ਨੂੰ ਸਮਰਥਨ ਦਿੱਤਾ, ਤੇ ਫਿਰ ਇੱਥੇ ਪੰਥਕ ਵਿਚਾਰਧਾਰਾ ਕਿੱਥੇ ਪਲੇ ਕਰਦੀ ਪਈ ਹੈ, ਕਿਹੜਾ ਰੋਲ ਪੰਥਕ ਵਿਚਾਰਧਾਰਾ ਦਾ ਪਲੇ ਹੁੰਦਾ ਪਿਆ ਆ, ਇਹ ਆਪਣੇ ਆਪ 'ਚ ਬੜੇ ਸਵਾਲ ਖੜੇ ਹੁੰਦੇ ਪਏ ਨੇ। ਹੁਣ ਸੁਖਦੇਵ ਸਿੰਘ ਢੀਂਡਸਾ ਵਾਪਸ ਆ ਕੇ ਸ਼੍ਰੋਮਣੀ ਅਕਾਲੀ ਦਲ 'ਚ ਰਲ ਗਏ ਨੇ, ਆਪਣੀ ਮਾਂ ਪਾਰਟੀ 'ਚ ਰਲ ਗਏ ਨੇ, ਚੰਗੀ ਗੱਲ ਹੈ, ਅਕਾਲੀ ਦਲ ਦਾ ਪਸਾਰ ਹੋ ਰਿਹਾ ਆ, ਪਰ ਹੌਲੀ ਹੌਲੀ ਕਰਕੇ ਉਹੀ ਵਿਚਾਰਧਾਰਾ ਦੇ ਲੋਕ ਜਿਹੜੇ ਭਾਜਪਾ ਨੂੰ ਆਪਣਾ ਸਹਿਯੋਗੀ ਮੰਨਦੇ ਨੇ ਉਹੀ ਇਸ ਪਾਰਟੀ 'ਚ ਇਕੱਠੇ ਹੋ ਰਹੇ। ਜ਼ਿਮਨੀ ਚੋਣਾਂ ਦੇ ਵਿੱਚ ਬੀਬੀ ਜਗੀਰ ਕੌਰ ਨੇ ਵੀ ਭਾਜਪਾ ਨੂੰ ਸਮਰਥਨ ਦਿੱਤਾ ਸੀ, ਉਦੋਂ ਵੀ ਉਹਨਾਂ ਦਾ ਆਹੀ ਕਹਿਣਾ ਸੀ ਕਿ ਅਸੀਂ ਇਸ ਪਾਰਟੀ ਦੇ ਨਾਲ ਰਹੇ ਹਾਂ ਅਤੇ ਇਹਨਾਂ ਨੂੰ ਹੀ ਸਮਰਥਨ ਦੇਵਾਂਗੇ, ਪਰ ਕੀ ਵਿਚਾਰਧਾਰਾ ਮਿਲਦੀ ਆ ਜਾਂ ਨਹੀਂ, ਜਾਂ ਫਿਰ ਆਈਡੀਓਲੋਜੀ ਦਾ ਕੋਈ ਮਤਲਬ ਹੀ ਨਹੀਂ ਰਹਿ ਗਿਆ। ਨੈਸ਼ਨਲ ਜਾਂ ਫਿਰ ਸੂਬਾਈ ਸਿਆਸਤ ਦੇ ਵਿੱਚ, ਖੇਤਰੀ ਸਿਆਸਤ ਦੇ ਵਿੱਚ ਇਹ ਸਮਝਿਆ ਜਾ ਸਕਦਾ ਕਿ ਵਿਚਾਰਧਾਰਾ ਖਤਮ ਹੁੰਦੀ ਜਾ ਰਹੀ ਹੈ, ਪਰ ਜਦੋਂ ਇੱਕ ਪੰਥਕ ਪਾਰਟੀ ਇਹੋ ਜਿਹੀ ਗੱਲ ਕਰਦੀ ਹੈ ਉਦੋਂ ਸਵਾਲ ਖੜੇ ਹੁੰਦੇ ਆ, ਪੰਥਕ ਪਾਰਟੀ ਦੇ ਆਪਣੇ ਲੀਡਰਾਂ ਦੀ ਵਿਚਾਰਧਾਰਾ ਦੇ ਉੱਤੇ ਸਵਾਲ ਖੜੇ ਹੁੰਦੇ ਆ। ਖੈਰ, ਆਉਣ ਵਾਲਾ ਸਮਾਂ ਕੀ ਲੈ ਕੇ ਆਵੇਗਾ ਇਹ ਵੇਖਣ ਦੀ ਗੱਲ। ਜਦੋਂ ਤੋਂ ਸੁਖਬੀਰ ਸਿੰਘ ਬਾਦਲ ਨੇ ਆਪਣਾ ਮਾਫ਼ੀਨਾਮਾ ਸ੍ਰੀ ਦਰਬਾਰ ਸਾਹਿਬ ਵਿਖੇ ਸਾਹਮਣੇ ਲਿਆਂਦਾ, ਉਸ ਤੋਂ ਬਾਅਦ ਹੀ ਅਕਾਲੀ ਲੀਡਰਾਂ ਦਾ ਰੁਝਾਨ ਅਕਾਲੀ ਦਲ ਦੇ ਵਿੱਚ ਵਾਪਸੀ ਦਾ ਬਣਦਾ ਨਜ਼ਰ ਆ ਰਿਹਾ। ਹੌਲੀ ਹੌਲੀ ਉਹਨਾਂ ਨੂੰ ਐਂ ਪ੍ਰਤੀਤ ਹੋਣ ਲੱਗ ਗਿਆ ਜਿਵੇਂ ਅਕਾਲੀ ਦਲ ਦੇ ਵਿੱਚ ਹੁਣ ਗਤੀ ਹੈ, ਅਕਾਲੀ ਦਲ ਹੁਣ ਅਗਾਂਹ ਵੱਧ ਸਕਦਾ, ਵਧੇਗਾ ਜਾਂ ਨਹੀਂ ਇਹ ਸਮਾਂ ਦੱਸੇਗਾ, ਪਰ ਫਿਲਹਾਲ ਸੁਖਬੀਰ ਸਿੰਘ ਬਾਦਲ ਜੋ ਦਾਅਵੇ ਕਰਦੇ ਨਜ਼ਰ ਆ ਰਹੇ ਨੇ, ਆਓ ਸੁਣਦੇ ਹਾਂ। ਦੇਖੋ, ਸ਼੍ਰੋਮਣੀ ਅਕਾਲੀ ਦਲ ਇਹ ਕੋਈ ਮਾਮੂਲੀ ਸਿਆਸੀ ਪਾਰਟੀ ਨਹੀਂ ਹੈ, ਇੱਕ ਅਸੂਲਾਂ ਦੀ ਪਾਰਟੀ ਹੈ। ਸਾਡੇ ਵਾਸਤੇ ਅਸੂਲ ਜ਼ਿਆਦਾ ਇੰਪੋਰਟੈਂਟ ਹੈ ਨੰਬਰ ਗੇਮ ਤੋਂ। 103 ਸਾਲਾਂ ਵਿੱਚ ਅਕਾਲੀ ਦਲ ਨੇ ਕਿ ਸਰਕਾਰ ਬਣਾਉਣ ਵਾਸਤੇ ਪਾਰਟੀ ਨਹੀਂ ਬਣਾਈ, ਕੌਮ ਦੀ ਰਕਸ਼ਾ, ਪੰਜਾਬ ਦੀ ਰਕਸ਼ਾ, ਪੰਜਾਬੀਆਂ ਦੀ ਵਿੱਚ ਭਾਈਚਾਰਕ ਸਾਂਝ ਅਤੇ ਪੰਜਾਬ ਵਿੱਚ ਅਮਨ ਸ਼ਾਂਤੀ ਵਾਸਤੇ ਅਕਾਲੀ ਦਲ ਦੀ ਜ਼ਿੰਮੇਵਾਰੀ ਹੈ। ਤੋ ਇਸ ਕਰਕੇ ਸਾਡੇ ਵਾਸਤੇ ਅਸੂਲ ਹੈ, ਸਾਡੇ ਵਾਸਤੇ ਜਿਹੜਾ ਅਸੀਂ ਕੋਰ ਕਮੇਟੀ ਨੇ ਬੜਾ ਕਲੀਅਰ ਕੀਤਾ ਸਾਡੇ ਅਸੂਲ ਕੀ ਹੈ, ਸਾਡੇ ਜਿਹੜੀ ਬਹੁਤ ਮਸਲੇ ਹਨ ਪੰਜਾਬ ਵਿੱਚ, ਭਾਈਚਾਰੇ, ਸਾਂਝ, ਅਮਨ ਸ਼ਾਂਤੀ, ਆ ਜਿੰਨੀਆਂ ਦਿੱਲੀ ਦੀ ਪਾਰਟੀਆਂ ਨੈਸ਼ਨਲ ਪਾਰਟੀਆਂ, ਉਹ ਤਾਂ ਆਪਾਂ ਇਕੱਲੀ ਵੋਟ ਦੀ ਰਾਜਨੀਤੀ ਕਰਦੀਆਂ, ਅਸੀਂ ਵੋਟ ਦੀ ਰਾਜਨੀਤੀ ਵਾਲੇ ਨਹੀਂ ਹੈ, ਸਾਡੇ ਵਾਸਤੇ ਪੰਜਾਬ ਹੈ। ਸ਼੍ਰੋਮਣੀ ਅਕਾਲੀ ਦਲ ਹਿੰਦੁਸਤਾਨ ਵਿੱਚ ਜੇ ਕੋਈ ਪਾਰਟੀ ਕਿਸਾਨਾਂ ਦੇ ਵਾਸਤੇ ਲੜਦੀ ਰਹੀ ਹੈ, ਜੇ ਕਿਸਾਨ ਜਥੇਬੰਦੀ ਕਹਿ ਸਕਦੇ ਨਾ, ਉਹ ਸ਼੍ਰੋਮਣੀ ਅਕਾਲੀ ਦਲ ਹੈ। ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ।